ਸਤਿਕਾਲ ਦੋਸਤੋ, ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆ ਨੂੰ ਜੀ ਹਾਂਜੀ ਖੇਤਾਂ 'ਚ ਹੋਇਆ ਖੌਫਨਾਕ ਕਾਂਡ, ਇਲਾਕੇ 'ਚ ਫੈਲੀ ਸਨਸਨੀ। ਤਾਜ਼ਾ ਵੱਡੀ ਖਬਰ ਆ ਚੁੱਕੀ ਆ। ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਹੱਦ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ। ਖੇਤਾਂ ਦੇ ਵਿੱਚ ਖੌਫਨਾਕ ਕਾਂਡ ਵਾਪਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਦੇ ਦਿਹਾਤੀ ਖੇਤਰ ਦੇ ਅਧੀਨ ਆਉਂਦੇ ਪਿੰਡ ਤੋਂ ਸਾਹਮਣੇ ਆਈ ਹੈ, ਜਿੱਥੇ ਮੁਬਾਰਕਪੁਰ ਸ਼ੇਖਾ ਦੇ ਨਜ਼ਦੀਕ ਹੀ ਇੱਕ ਨੌਜਵਾਨ ਦੀ ਗਲੀ ਸਲੀ ਹਾਲਤ ਦੇ ਵਿੱਚ ਲਾਸ਼ ਖੇਤਰ 'ਚ ਬਰਾਮਦ ਕੀਤੀ ਗਈ। ਇਸ ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਇਆ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਗਈ, ਉੱਥੇ ਹੀ 6 ਘੰਟੇ ਦਾ ਸਮਾਂ ਬੀਤਣ 'ਤੇ ਵੀ ਕੋਈ ਵੀ ਪੁਲਿਸ ਅਧਿਕਾਰੀ ਘਟਨਾ ਸਥਾਨ 'ਤੇ ਨਹੀਂ ਪਹੁੰਚਿਆ, ਕਿਉਂਕਿ ਇਸ ਖੇਤਰ ਨੂੰ ਲੈ ਕੇ ਪੁਲਿਸ ਅਜੇ ਵੀ ਬੇਹੱਦ ਬੰਦੀ ਦੇ ਮਾਮਲੇ ਵਿੱਚ ਉਲਝੀ ਹੋਈ ਹੈ। ਜਿੱਥੇ ਇਹ ਲਾਸ਼ ਕਾਫੀ ਗਲੀ ਸੜੀ, ਹਫ਼ਤੇ ਹੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪਰ ਥਾਣਾ ਪਤਾਰਾ ਅਤੇ ਥਾਣਾ ਮਕਸੂਦਾ, ਥਾਣਾ ਰਾਮਾ ਮੰਡੀ, ਥਾਣਾ ਆਦਮਪੁਰ ਦੀ ਪੁਲਿਸ ਵੱਲੋਂ ਘਟਨਾ ਸਥਾਨ 'ਤੇ ਪਹੁੰਚ ਕੀਤੀ ਗਈ ਹੈ, ਪਰ ਉੱਥੇ ਇਹ ਜਾਣਕਾਰੀ ਸਪਸ਼ਟ ਨਹੀਂ ਕੀਤੀ ਗਈ ਕਿਸ ਥਾਣੇ ਦੀ ਪੁਲਿਸ ਵੱਲੋਂ ਇਸ ਮਾਮਲੇ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਜੀ ਹਾਂ, ਮ੍ਰਿਤਕ ਦੀ ਲਾਸ਼ ਸੰਬੰਧੀ ਨਾ ਤਾਂ ਕੋਈ ਅਜੇ ਤੱਕ ਸ਼ਨਾਖਤ ਪਾਈ ਗਈ ਹੈ ਅਤੇ ਨਾ ਹੀ ਮੌਤ ਦੇ ਕਾਰਨਾਂ ਬਾਰੇ ਪਤਾ ਲੱਗ ਸਕਾ ਹੈ। ਇਸ ਘਟਨਾ ਦੇ ਕਾਰਨ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।